ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਸਕੂਲੀ ਤੋਂ ਖਿੱਚ ਕੇ ਗੱਡੀ 'ਚ ਸਿੱਟ ਲਿਆ, ਮੈਨੂੰ ਮੇਰੇ ਹਸਬੈਂਡ ਡਿੱਗ ਗਏ ਸੀਗੇ ਅਤੇ ਬਾਅਦ ਵਿੱਚ ਉਹਨਾਂ ਨੇ ਮੈਨੂੰ ਖਿੱਚ ਕੇ ਮੇਰੇ ਕੱਪੜੇ ਪਾੜ ਕੇ ਕੱਪੜੇ ਉਤਾਰ ਕੇ ਉਹਨਾਂ ਨੇ ਵੀਡੀਓ ਬਣਾਈ। ਉਹਨਾਂ ਨੇ 4-5 ਜਣੇ ਸੀਗੇ। ਮਨਦੀਪ ਜੀ, ਕੀ ਘਟਨਾ ਵਾਪਰੀ ਤੁਹਾਡੇ ਨਾਲ? ਪਹਿਲਾਂ ਇੱਥੇ ਕਿਸੇ ਮੁੰਡੇ ਦੇ ਮਗਰ ਆਏ ਸੀਗੇ ਅਤੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ। ਬਾਅਦ ਵਿੱਚ ਉਹਨੂੰ ਗਾਲੀ ਗਲੋਚ ਕਰਕੇ ਅਤੇ ਬਹੁਤ ਜ਼ਿਆਦਾ, ਅਤੇ 15-20 ਜਣੇ ਸੀਗੇ, ਵਾਪਸ ਮੁੜ ਗਏ। ਜਦ ਅਸੀਂ ਕੱਲ੍ਹ ਮੈਡੀਸਨ ਲੈਣ ਗਏ ਸੀ ਪਰਸੋਂ, ਤਾਂ ਉਹਨਾਂ ਨੇ ਗੱਡੀ 'ਚ ਸਾਨੂੰ ਸਕੂਟਰੀ ਤੋਂ ਖਿੱਚ ਕੇ ਗੱਡੀ 'ਚ ਸਿੱਟ ਲਿਆ, ਮੈਨੂੰ ਮੇਰੇ ਹਸਬੈਂਡ ਡਿੱਗ ਗਏ ਸੀਗੇ ਅਤੇ ਬਾਅਦ ਵਿੱਚ ਉਹਨਾਂ ਨੇ ਮੈਨੂੰ ਖਿੱਚ ਕੇ ਮੇਰੇ ਕੱਪੜੇ ਫਾੜ ਕੇ ਕੱਪੜੇ ਉਤਾਰ ਕੇ ਉਹਨਾਂ ਨੇ ਵੀਡੀਓ ਬਣਾਈ। ਉਹਨਾਂ ਨੇ 4-5 ਜਣੇ ਸੀਗੇ। ਉਸ ਤੋਂ ਬਾਅਦ ਵਿੱਚ ਹਸਬੈਂਡ ਨੂੰ ਵੀ ਕੁੱਟਣ ਲੱਗ ਗਏ। ਬਾਅਦ ਵਿੱਚ ਮੈਨੂੰ ਗੱਡੀ 'ਚੋਂ ਨੀਚੇ ਸਿੱਟ ਕੇ ਇਹਨਾਂ ਨੇ ਮੈਨੂੰ ਵਾਲਾਂ ਤੋਂ ਫੜ ਕੇ ਘਸੀਟ ਦੇ ਲੈ ਕੇ ਗਏ, ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹਨਾਂ ਨੇ। ਕੌਣ ਸੀ ਇਹ ਲੋਕ? ਇਹ ਲੋਕ ਮੰਗੂ ਸੀ, ਇੱਕ ਤਾਂ ਉਹਦਾ ਬ੍ਰਦਰ ਸੀ, ਬਾਕੀ ਅਣਪਛਾਤੇ ਸੀਗੇ। ਹਰੀਜਨ ਕਲੋਨੀ ਦੇ, ਇੰਦਰਾ ਕਲੋਨੀ। ਤੁਸੀਂ ਜਾਣਦੇ ਹੋ? ਪਹਿਲਾਂ ਪਹਿਲਾਂ ਨਹੀਂ ਜਾਣਦੇ ਸੀ, ਵੈਸੇ ਇੱਥੇ ਲਾਈਨਾਂ 'ਤੇ ਖੜ੍ਹੇ ਰਹਿੰਦੇ ਆ। ਅਸੀਂ ਸਾਡੇ ਡਾਕਟਰ ਵੀ ਉੱਧਰ ਹੀ ਪੈਂਦੇ ਨੇ, ਫਿਰ ਉੱਧਰ ਮੈਡੀਸਨ ਲੈਣ ਜਾਈਦਾ ਵਾ, ਅਤੇ ਇੱਥੇ ਖੜ੍ਹੇ ਹੁੰਦੇ ਆ, ਅਤੇ ਪਹਿਲਾਂ ਅਸੀਂ ਕਦੀ ਨਹੀਂ ਉਹਨਾਂ ਨੂੰ ਦੇਖਿਆ ਸੀਗਾ। ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੋਈ? ਇੱਕ ਦਿਨ ਪਹਿਲਾਂ ਇੱਥੇ ਆਏ ਸੀ। ਪਹਿਲਾਂ ਇੱਕ ਦਿਨ ਪਹਿਲਾਂ ਹੀ ਆਏ ਸੀਗੇ, ਬਸ ਉਹਨਾਂ ਨੇ ਇਹੀ ਕੱਢੀ ਹੈ ਵੀ ਅੰਦਰ ਨਹੀਂ ਵੜਨ ਦਿੱਤਾ ਸੀ ਅਸੀਂ ਉਹਨਾਂ ਨੂੰ। ਕਹਿੰਦੇ ਸਾਡਾ ਬੰਦਾ ਤੁਸੀਂ ਅੰਦਰ ਲੁਕੋਇਆ, ਉਹਨੂੰ ਬਾਹਰ ਕੱਢੋ, ਪਰ ਮੈਂ ਇਕੱਲੀ ਸੀਗੀ, ਮੈਂ ਕਿਹਾ ਅੰਦਰ ਏਦਾਂ ਵੜ ਨਹੀਂ ਦੇ ਸਕਦੇ। ਉਸ ਤੋਂ ਬਾਅਦ ਇੱਥੇ ਗਾਲੀ ਗਲੋਚ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ। ਉਸ ਤੋਂ ਬਾਅਦ ਵਿੱਚ ਮੁੰਡੇ ਰਹਿ ਗਏ ਸੀ, ਉਸ ਮੁੰਡੇ ਨੇ 15-20 ਜਣੇ ਸੀਗੇ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਹੁਣ ਬਸ ਉਹਨਾਂ ਨੇ ਜਿਹੜੀ ਮੇਰੀ ਮਾਨਹਾਨੀ ਕੀਤੀ, ਇੱਕ ਵੀਡੀਓ ਬਣਾਈ, ਇਹਨਾਂ ਨੇ ਮੇਰੇ ਕੱਪੜੇ ਫਾੜ ਕੇ, ਮੈਨੂੰ ਤਾਂ ਇਨਸਾਫ ਚਾਹੀਦਾ। ਮਹਾਰਾਣੀ ਕਿੱਥੇ ਰਹਿਣਾ ਤੁਸੀਂ? ਅਸੀਂ ਤਾਂ ਪਿੱਛੇ ਜੇ ਰਹਿੰਦੇ ਹਾਂ। ਤੇ ਜਿਹੜੀ ਇਹ ਘਟਨਾ ਵਾਪਰੀ, ਲੜਾਈ ਦੀ ਕਿਵੇਂ ਵਾਪਰੀ ਘਟਨਾ ਹੈ ਸਾਰੀ? ਇਹ ਲੜਾਈ ਦੀ ਘਟਨਾ ਤਾਂ ਹੁਣ ਸਾਨੂੰ ਇੰਨਾ ਪਤਾ ਹੀ ਨਹੀਂ ਸੀ, ਉਹ ਮੁੰਡਾ ਹੀ ਭੱਜ ਕੇ ਗਿਆ ਵਾ, ਉਹ ਮੁੰਡੇ ਪਿੱਛੇ ਸਾਰੀ ਘਟਨਾ ਹੋਈ ਆ। ਉਹ ਪਤਾ ਨਹੀਂ ਕਿੱਥੋਂ ਦਾ ਰਹਿਣ ਵਾਲਾ, ਕਿੱਥੋਂ ਦਾ ਵਸਣ ਵਾਲਾ, ਬਸ ਉਹ ਇਧਰੋਂ ਦੀ ਭੱਜਿਆ, ਉਹਨਾਂ ਨੇ ਆ ਕੇ ਇੱਥੇ ਛਾਪਾ ਮਾਰ ਲਿਆ। ਕੀ ਕਹਿੰਦੇ ਇੱਥੇ ਆ ਕੇ? ਹੁਣ ਇਹ ਤਾਂ ਇਹਨਾਂ ਨੂੰ ਹੀ ਪਤਾ ਹੋ, ਜੋ ਇਹਨਾਂ ਨੂੰ ਕਿਹਾ ਹੋਵੇ, ਅਸੀਂ ਤਾਂ ਹੁਣ ਪਿੱਛੋਂ ਤਾਂ ਇੱਧਰ ਆਏ ਨਹੀਂ ਸੀਗੇ। ਉਦੋਂ ਬਾਅਦ ਕੀ ਹੋਇਆ? ਉਦੋਂ ਬਾਅਦ ਕੁਛ ਨਹੀਂ ਹੋਇਆ, ਫਿਰ ਸਾਰੇ ਪੈ ਗਏ ਆਪਣਾ, ਇਹ ਦੂਜੇ ਦਿਨ ਆਪਣਾ ਦਵਾਈ ਦੁਈ ਨੂੰ ਗਏ, ਬਸ ਰਾਹ 'ਚ ਉੱਥੇ ਇਹਨਾਂ ਨੂੰ ਫੜ ਲਿਆ ਦੋਵਾਂ ਨੂੰ। ਦੋਨਾਂ ਨੇ ਕੁੱਟਮਾਰ ਕੀਤੀ? ਦੋਨਾਂ ਨੂੰ ਹੀ ਕੀਤੀ। ਹੁਣ ਆਹ ਸੀ ਤੇ ਆਹ ਕੁੜੀ ਸੀਗੀ, ਬਸ ਹੋਰ ਤਾਂ ਕੋਈ ਨਹੀਂ ਸੀ ਨਾਲ ਇਹਨਾਂ ਦੇ। ਕਿੰਨੀਆਂ ਸੱਟਾਂ? ਕਿੰਨੀਆਂ ਸੱਟਾਂ ਵੱਜੀਆਂ? ਸੱਟਾਂ ਹੁਣ ਇਹਦੇ ਵੱਜੀ, ਅੰਦਰੂਨੀ ਸੱਟ ਆ, ਕਿਤੇ ਖੂਨ ਨਹੀਂ ਵਗਿਆ, ਕੁਛ ਨਹੀਂ ਵਗਿਆ, ਅੰਦਰੂਨੀ ਸੱਟਾਂ ਵੱਜੀਆਂ ਇਹਦੇ। ਹਾਂਜੀ, ਕੀ ਨਾਮ ਹੈ ਜੀ? ਕੁਲਵੰਤ ਸਿੰਘ। ਕੁਲਵੰਤ ਸਿੰਘ ਜੀ, ਕੱਲ ਤੁਹਾਡੀ ਵਾਈਫ ਨਾਲ ਕੁੱਟਮਾਰ ਹੋਈ ਹੈ, ਕੀ ਮਾਮਲਾ ਸੀ ਇਹ? ਮਾਮਲਾ ਇਹ ਸੀ ਸਰ, ਇੱਕ ਦਿਨ ਪਹਿਲਾਂ ਇੱਥੇ 15-20 ਜਣੇ ਇੱਕ ਮੁੰਡੇ ਨੂੰ ਕੁੱਟਦੇ ਪਏ ਸੀ। ਉਹ ਕੁੱਟਦੇ ਪਏ ਸੀ, ਉਹ ਮੁੰਡਾ ਭੱਜ ਕੇ ਆ ਕੇ ਸਾਡੇ ਮੁਹੱਲੇ ਦੇ ਵਿੱਚ ਵੜ ਗਿਆ ਜੀ। ਉਹ ਗਾਂਹ ਟੱਪ ਗਿਆ ਜੀ, ਕੰਧ ਭੱਜ ਗਿਆ ਇੱਥੇ। ਉਹ ਸਾਰੇ ਮੁੰਡੇ ਸਾਡੇ ਅੰਦਰ ਵੜਦੇ ਪਏ ਸੀ ਜੀ। ਪਹਿਲਾਂ ਸਾਡੀਆਂ ਬੁੜੀਆਂ ਨਾਲ ਵੀ ਧੱਕੇ ਸਹੀ ਕੀਤੀ ਉਹਨਾਂ ਨੇ, ਅੰਦਰ ਵੜਦੇ ਸੀ ਵੀ ਬੰਦਾ ਦੋ ਸਾਨੂੰ। ਸਾਨੂੰ ਜਦੋਂ ਪਤਾ ਹੀ ਨਹੀਂ ਹੋਈ ਕਿਹਨੂੰ ਜਾਣਦੇ ਨਹੀਂ ਕਿਹਨੂੰ, ਰਾਤ ਦਾ ਟਾਈਮ ਉਹ ਭੱਜਦਾ ਹੋਇਆ ਆਇਆ ਅਤੇ ਅੱਗੇ ਨਿਕਲ ਗਿਆ ਜੀ। ਸਾਡੇ ਮੁਹੱਲੇ ਵਾਲੇ ਨੇ ਵੀ ਸਾਰਿਆਂ ਨੇ ਕਿਹਾ ਵੀ ਭਾਈ ਉਹ ਚਲੇ ਗਏ, ਇੱਥੇ ਹੈ ਨਹੀਂ ਗਾ ਕੋਈ, ਪਰ ਫਿਰ ਵੀ ਉਹ ਧੱਕੇ ਨਾਲ ਜ਼ਬਰਦਸਤੀ ਵੜਦੇ ਸੀ। ਉਸ ਟਾਈਮ ਉਹਨਾਂ ਨੂੰ ਭੇਜ ਦਿੱਤਾ ਅਸੀਂ ਮੁਹੱਲੇ ਵਾਲੇ ਰਲ ਕੇ। ਉਸ ਤੋਂ ਅਗਲੇ ਦਿਨ ਅਸੀਂ ਦਵਾਈ ਲੈ ਕੇ ਵਾਪਸ ਆ ਰਹੇ ਹਾਂ ਜੀ, ਅਤੇ ਮੇਰੀ ਵਾਈਫ ਨੂੰ ਪਿੱਛੋਂ ਖਿੱਚ ਲਿਆ ਜੀ ਉਹਨਾਂ ਨੇ। ਤੁਸੀਂ ਨਾਲ ਸੀ ਜੋ ਦਵਾਈ ਲੈਣ ਗਏ ਸੀ? ਹਾਂਜੀ ਹਾਂਜੀ। ਕੌਣ ਸੀ ਇਹ ਮੁੰਡੇ, ਕੌਣ ਸੀ ਗਈ? ਕੋਈ ਇੱਕ ਮੰਗੂ ਹੈ ਜੀ, ਇੱਕ ਉਹਨਾਂ ਦਾ ਬ੍ਰਦਰ ਆ, ਬਾਕੀ ਅਣਪਛਾਤੇ ਮੁੰਡੇ ਆ ਜੀ। ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਹੋ? ਨਹੀਂ ਜੀ, ਪਹਿਲਾਂ ਤੋਂ ਇੱਥੇ ਹੁੰਦੇ ਆ ਕਲੋਨੀ ਦੇ ਵਿੱਚ ਹੀ, ਪਰ ਉਹ ਜੀ ਕੋਈ ਗੱਲਬਾਤ ਨਹੀਂ ਹੈ ਹੈਲੋ ਨਹੀਂ ਜੀ। ਤੁਹਾਡੀ ਕੋਈ ਪੁਰਾਣੀ ਰੰਜਿਸ਼ ਵਗੈਰਾ ਉਹਨਾਂ ਨਾਲ ਹੋਵੇ? ਨਹੀਂ ਜੀ, ਬਸ ਉਹ ਇੱਕ ਦਿਨ ਪਹਿਲਾਂ ਦੀ ਗੱਲਬਾਤ ਹੋਈ ਸੀ, ਉਹ ਹੀ ਹੈ ਜੀ। ਫਿਰ ਤੁਹਾਡੀ ਵਾਈਫ ਤੇ ਕਿਉਂ ਅਟੈਕ ਕੀਤਾ ਉਹਨੇ? ਇਹ ਅੰਦਰ ਵੜਦੇ ਪਏ ਸੀ ਜੀ ਰਾਤ ਨੂੰ, ਉਸ ਦਿਨ ਇਹਨਾਂ ਨੇ ਵੜਨ ਨਹੀਂ ਦਿੱਤੇ, ਇਹਨਾਂ ਨੇ ਹੱਟ ਚੱਕ ਲਈ, ਇਹਨਾਂ ਨੂੰ ਗਾਲਾਂ ਕੱਢਦੇ ਪਏ, ਕਹਿੰਦੇ ਅੰਦਰ ਬੰਦਾ ਕੱਢੋ, ਬੰਦਾ ਹੋਵੇ ਤਾਂ ਤਾਂ ਹੀ ਕੱਢੀਏ ਜੀ। ਕੀ ਚਾਹੁੰਦੇ ਹੋ ਤੁਸੀਂ? ਅਸੀਂ ਇਨਸਾਫ ਚਾਹੁੰਦੇ ਹਾਂ ਜੀ। ਅਸੀਂ ਕੱਲ੍ਹ ਵੀ ਦਰਖਾਸਤ ਦਿੱਤੀ ਸੀਗੀ, ਉਹ ਕਹਿੰਦੇ ਅਸੀਂ ਜਾ ਕੇ ਆਏ ਹਾਂ, ਉਹਦੇ ਘਰ ਦੇ ਕਹਿੰਦੇ ਜੀ 4 ਦਿਨ ਹੋ ਗਏ ਉਹ ਹੇਮਕੁੰਡ ਸਾਹਿਬ ਗਏ ਹੋਏ ਜੀ, ਅਤੇ ਸਾਨੂੰ ਕੱਲ੍ਹ ਪਤਾ ਲੱਗਿਆ ਜੀ ਉਹ ਲਵਾਰੇ ਫਿਰਦੇ ਪਏ ਸੀ ਰਾਤ ਨੂੰ। ਇਹਦੇ 'ਚ ਜੀ ਕੋਈ
ਮੰਗੂ ਪੁੱਤਰ ਖੰਨਾ ਹਰੀਜਨ ਕਲੋਨੀ ਦਾ ਰਹਿਣ ਵਾਲਾ, ਇਹਨਾਂ ਦੀ ਕਿਤੇ ਹਰੀਜਨ ਬਸਤੀ ਦੇ ਵਿੱਚ ਲੜਾਈ ਝਗੜਾ ਹੋਇਆ ਆ, ਜਿਹਦੇ ਸੰਬੰਧ ਦੇ ਵਿੱਚ ਅਸੀਂ ਇਹਦਾ ਮਨਦੀਪ ਕੌਰ ਪਤਨੀ ਕੁਲਵੰਤ ਸਿੰਘ ਦਾ ਜਿਹੜਾ ਬਿਆਨ ਲਿਖਿਆ ਆ, ਇਹਨੂੰ ਚਾਰ ਸੱਟਾਂ ਆਉਣੀਆਂ, ਪੰਜ ਦੱਸੀਆਂ ਹੋਈਆਂ ਇਹਦੇ ਮੁਲਾਜ਼ੇ ਦੇ ਵਿੱਚ, ਲੇਕਿਨ ਸਾਰੀਆਂ ਬਲੈਂਟ ਆ। ਪਰ ਅਸੀਂ ਇਹਦੇ ਬਿਆਨਾਂ ਦੇ ਮੁਤਾਬਕ ਉਹਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ। ਜੇ ਕੋਈ ਗੱਲ ਸਾਹਮਣੇ ਆਈ ਤਾਂ ਅਸੀਂ ਲਾਜ਼ਮੀ ਪਰਚਾ ਦਰਜ ਕਰਾਂਗੇ ਅਤੇ ਜਿਹੜੀ ਬਣਦੀ ਕਾਰਵਾਈ ਉਹ ਅਮਲ 'ਚ ਲਿਆਵਾਂਗੇ। ਇਨਵੈਸਟੀਗੇਸ਼ਨ ਚੱਲ ਰਹੀ ਹੈ। Please subscribe our channel for more updates. You can follow us Twitter and Facebook.